पंजाबिस्तान दी जानिब तो जनाब डॉक्टर नरिंदर सिंह कपूर जी दी किताब तर्क वेद विचों एक होर रचना प्यार। प्यार प्रेमी वल्लों प्रेमिका दे हुसन नूं अते प्रेमिका वल्लों प्रेमी दी छू नूं मानन दे उपराले दा नां है। हर एक मनुख भावक पक्षों अपने आप नूं इकला अनुभव करता है अते उस नूं किसे ना किसे दे साथ दी लोड़ हुंदी है। इकल दूर करन लई कोई अजनबी साथी किसे जाने पछाने साथी दे मुकाबले वधेरे सहाई अते लुभाउणा हुंदा है। साडियां रिश्तेदारियां जन्म समय ही साडे उत्ते थोप दित्तियां जांदियां हन, पर प्यार साडी अपनी सेड़ी हुई रिश्तेदारी हुंदा है। प्यार करना भावक खेतर विच अपने पैरां उत्ते खड़े होण दा अमल हुंदा है। कई कवियां ने कहा है कि प्यार पाया नहीं पैंदा, इह आप मुहारे पै जांदा है। पर जेकर निर्भावक दृष्टिकोण तो सोचा जावे तां इह संकल्प टै टेरी हो जाएगा। प्यार पैण विच साडी सभ्याचारक पद्धर, आर्थिक स्थिति, विद्यक योग्यता, खानदानी पिछोकड़, साडी डील डोल, साडी चमड़ी दा रंग, कद काठ, आवाज, अखां, शब्दावली, जीवन दृष्टिकोण, धर्म, भाषा, इलाका, नेड़ता, सभ्याचार, जीवन आदर्श अते उम्र आदि विभिन्न पक्ष अहम फैसला कुन रोल अदा करते हैं। बहुते लोग शरीरक पखा नूं ही प्यार समझ लैंदे हन। असीं हर रोज़ अनेकां पुरशां औरतां नूं मिलदे हाँ, पर उन्हां नाल साडा प्यार नहीं पैंदा। जदों उपरोक्त बयान कीते पक्ष दो व्यक्तियां विच एक सुर हो के आमो सामने हुंदे हन तां ही प्यार दी संभावना उजागर हुंदी है। पर तां भी प्यार पाउण लई यतन जरूर करना पैंदा है। इह वखरी गल है कि अजिहा यतन करदिआं असीं यतन संबंधी सुचेत नहीं हुंदे। प्यार विच साडे ज्ञान इंद्रे निर्णय दा कार्ज निभाउंदे हन। प्रेमी दीआं अखां नूं प्रेमिका दा चंगा लगना पहली शर्त है। जिहड़ा साडीआं अखां नूं नहीं जजिआ उस नाल प्यार करन दी संभावना उजागर नहीं हो सकदी। पत्नियां भावें सोहणियां ना होण पर प्रेमिकावां दा सोहणा होणा बड़ा जरूरी है। पहलां असीं प्रेमिका नूं वेखदे हाँ, फिर उस नूं सुणदे हाँ। प्यार विच पुरश वेखण दा कारज वधेरे करदा है, जदों कि प्रेमिका सुनण बोलण दा कारज वधेरे करदी है। वेखणा अते सुनना प्यार वधाउंदा है। जिस इस्त्री दी शब्द चोण अते उचारण सानू पसंद नहीं हुंदा, ਉਹ ਭਾਵੇਂ ਕਿੰਨੀ ਵੀ ਸੋਹਣੀ ਹੋਵੇ ਉਸ ਨਾਲ ਪਿਆਰ ਸੰਭਵ ਨਹੀਂ ਹੁੰਦਾ। ਪ੍ਰੇਮੀ ਪ੍ਰੇਮਿਕਾ ਦੀ ਸੁੰਦਰਤਾ ਦਾ ਗੁਣ ਗਾਇਨ ਕਰਦਾ ਹੈ ਅਤੇ ਪ੍ਰੇਮਿਕਾ ਸੁਣ ਸੁਣ ਕੇ ਗਦ ਗਦ ਹੋ ਉੱਠਦੀ ਹੈ। ਇਤਨੇ ਵਿਕਾਸ ਉਪਰੰਤ ਪ੍ਰੇਮੀ ਵਿੱਚ ਪ੍ਰੇਮਿਕਾ ਨੂੰ ਛੂਹਣ ਦੀ ਇੱਛਾ ਅਤੇ ਪ੍ਰੇਮਿਕਾ ਵਿੱਚ ਛੂਹੇ ਜਾਣ ਦੀ ਇੱਛਾ ਜਾਗਦੀ ਹੈ। ਛੂਹਣ ਉਪਰੰਤ ਜਾਂ ਇਸ ਦੇ ਨੇੜੇ ਤੇੜੇ ਪ੍ਰੇਮੀ ਅਤੇ ਪ੍ਰੇਮਿਕਾ ਕੁਝ ਖਾਂਦੇ ਹਨ, ਅਰਥਾਤ ਸਵਾਦ ਦੇ ਆਨੰਦ ਦਾ ਸਾਂਝਾ ਗਿਆਨ ਪ੍ਰਾਪਤ ਕਰਦੇ ਹਨ। ਇਸ ਉਪਰੰਤ ਇੱਕ ਦੂਜੇ ਨੂੰ ਸੁੰਘਣ ਦੀ ਇੱਛਾ ਨਾਲ ਉਹ ਚੁੰਮਦੇ ਹਨ ਅਤੇ ਹੋਰ ਅਜਿਹਾ ਕਾਰਜ ਕਰਦੇ ਹਨ। ਇਹ ਇੱਕ ਨੀਮ ਬੇਹੋਸ਼ੀ ਦੀ ਹਾਲਤ ਹੁੰਦੀ ਹੈ। ਮਨੋਵਿਗਿਆਨਕ ਪੱਖ ਤੋਂ ਪ੍ਰੇਮੀ ਅਤੇ ਪ੍ਰੇਮਿਕਾ ਰੋਗੀ ਬਣ ਜਾਂਦੇ ਹਨ। ਉਹ ਬਿਮਾਰਾਂ ਵਾਂਗ ਵਿਚਰਦੇ ਹਨ, ਇੱਕ ਦੂਜੇ ਦਾ ਹਾਲ ਪੁੱਛਦੇ ਹਨ ਅਤੇ ਆਪਣੇ ਮਨ ਦੀਆਂ ਗੱਲਾਂ ਇਵੇਂ ਕਰਨ ਲੱਗ ਪੈਂਦੇ ਹਨ ਜਿਵੇਂ ਇੱਕ ਮਰੀਜ਼ ਹੋਵੇ ਅਤੇ ਦੂਜਾ ਡਾਕਟਰ। ਪਿਆਰ ਅਜਿਹਾ ਰੋਗ ਹੈ ਜਿਸ ਦਾ ਇਲਾਜ ਕੋਈ ਨਹੀਂ, ਕਿਉਂਕਿ ਜਿਸ ਕੋਲ ਇਸ ਦੇ ਇਲਾਜ ਲਈ ਜਾਣ ਦੀ ਸੰਭਾਵਨਾ ਹੁੰਦੀ ਹੈ ਉਹ ਆਪ ਇਸ ਰੋਗ ਦਾ ਮਰੀਜ਼ ਹੁੰਦਾ ਹੈ ਜਾਂ ਮਰੀਜ਼ ਬਣਨਾ ਚਾਹੁੰਦਾ ਹੈ। ਪਿਆਰ ਇੱਕ ਰੋਗ ਹੋਣ ਦੇ ਬਾਵਜੂਦ ਇੱਕ ਰੋਗ ਪ੍ਰਤੀਤ ਨਹੀਂ ਹੁੰਦਾ। ਪਿਆਰ ਨਾਲ ਸਾਡੇ ਦਿਲ ਦਿਮਾਗ ਦੇ ਅਨੇਕਾਂ ਬਾਰੀਆਂ ਦਰਵਾਜ਼ੇ ਖੁੱਲ੍ਹਦੇ ਹਨ। ਅਸੀਂ ਕਲਪਨਾਸ਼ੀਲ ਹੋ ਜਾਂਦੇ ਹਾਂ ਅਤੇ ਖਿਲਰੀਆਂ ਹੋਈਆਂ ਵਸਤਾਂ ਵਿੱਚ ਸਾਨੂੰ ਇੱਕ ਲੜੀ ਪ੍ਰਤੀਤ ਹੋਣ ਲੱਗ ਪੈਂਦੀ ਹੈ। ਪਿਆਰ ਪੈਂਦਿਆਂ ਹੀ ਸਾਡੇ ਲਈ ਸੰਸਾਰ ਦੇ ਅਰਥ ਬਦਲ ਜਾਂਦੇ ਹਨ। ਜੀਵਨ ਵਿੱਚ ਕੋਈ ਹੋਰ ਅਨੁਭਵ ਅਜਿਹਾ ਨਹੀਂ ਜਿਸ ਵਿੱਚ ਸਾਡੇ ਪੰਜੇ ਗਿਆਨ ਇੰਦਰੇ ਕਾਰਜਸ਼ੀਲ ਹੋ ਜਾਣ। ਇਸੇ ਲਈ ਅਸੀਂ ਪਿਆਰ ਅਨੁਭਵ ਨੂੰ ਸਭ ਅਨੁਭਵਾਂ ਦਾ ਬਾਦਸ਼ਾਹ ਕਹਿੰਦੇ ਹਾਂ। ਪਿਆਰ ਕਰਨਾ ਅਸਲ ਵਿੱਚ ਮਾਪਿਆਂ ਦੇ ਪ੍ਰਭਾਵ ਤੋਂ ਮੁਕਤ ਹੋਣ ਅਤੇ ਉਹਨਾਂ ਤੋਂ ਸੁਤੰਤਰ ਇੱਕ ਸੰਸਾਰ ਸਿਰਜਣ ਦੀ ਕਿਰਿਆ ਹੁੰਦਾ ਹੈ। ਇਸੇ ਲਈ ਪ੍ਰੇਮੀ ਆਪਣੇ ਪਿਆਰ ਨੂੰ ਮਾਪਿਆਂ ਤੋਂ ਗੁਪਤ ਰੱਖਦੇ ਹਨ। ਮਾਪਿਆਂ ਦਾ ਪਰਛਾਵਾਂ ਪੈਣ ਨਾਲ
ਨਵਾਂ ਸੰਸਾਰ ਗ੍ਰਹਿਣਿਆ ਜਾਂਦਾ ਹੈ। ਸਮਾਜ ਸਾਡੇ ਮਾਪਿਆਂ ਦਾ ਹੀ ਵਿਸਤ੍ਰਿਤ ਰੂਪ ਹੁੰਦਾ ਹੈ, ਸੋ ਪ੍ਰੇਮੀ ਆਪਣੇ ਪਿਆਰ ਨੂੰ ਸਮਾਜ ਤੋਂ ਵੀ ਛੁਪਾਉਂਦੇ ਹਨ। ਸਾਡੇ ਪਿਆਰ ਦੇ ਸਭ ਤੋਂ ਪਹਿਲੇ ਦੁਸ਼ਮਣ ਸਾਡੇ ਮਾਪੇ ਹੀ ਬਣਦੇ ਹਨ। ਸਮਾਜ ਦੀ ਲੜਾਈ ਵੀ ਘਰ ਵਿੱਚ ਹੀ ਲੜੀ ਜਾਂਦੀ ਹੈ। ਮਾਪੇ ਅਤੇ ਸਮਾਜ ਪਿਆਰ ਦੇ ਉਸਾਰੂ ਨਹੀਂ, ਕੇਵਲ ਮਾਰੂ ਪੱਖਾਂ ਪ੍ਰਤੀ ਹੀ ਸੁਚੇਤ ਹੁੰਦੇ ਹਨ। ਇੱਥੇ ਪੀੜ੍ਹੀਆਂ ਦਾ ਅੰਤਰ ਭਿੜਦਾ ਹੈ। ਮਾਪੇ ਗਿਆਨ ਅਤੇ ਤਜਰਬੇ ਦੇ ਪ੍ਰਤੀਕ ਬਣ ਜਾਂਦੇ ਹਨ, ਜਦੋਂ ਕਿ ਪ੍ਰੇਮੀ ਅਨੁਭਵ, ਕਲਪਨਾ ਅਤੇ ਭਾਵਕਤਾ ਦੇ ਹਥਿਆਰਾਂ ਨਾਲ ਆਪਣੀ ਆਜ਼ਾਦੀ ਦੀ ਲੜਾਈ ਲੜਦੇ ਹਨ। ਸੱਚੇ ਪਿਆਰ ਦਾ ਮਾਰਗ ਕਦੀ ਸਿੱਧਾ ਨਹੀਂ ਹੁੰਦਾ, ਕਿਉਂਕਿ ਪਿਆਰ ਨੂੰ ਸਮਾਜ ਦੇ ਸਥਾਪਿਤ ਕਾਨੂੰਨਾਂ ਵਿਰੁੱਧ ਬਗਾਵਤ ਸਮਝ ਕੇ ਕੁਚਲਣ ਦਾ ਯਤਨ ਕੀਤਾ ਜਾਂਦਾ ਹੈ। ਇਹ ਕਠਿਨਾਈਆਂ ਪਿਆਰ ਨੂੰ ਹੋਰ ਮਨਮੋਹਣਾ ਬਣਾਉਂਦੀਆਂ ਹਨ। ਇੱਥੇ ਆ ਕੇ ਲਗਭਗ ਸਾਰੇ ਪ੍ਰੇਮੀ ਕਵੀ ਬਣ ਜਾਂਦੇ ਹਨ ਅਤੇ ਉਹਨਾਂ ਦੀ ਮੌਖਿਕ ਕਵਿਤਾ ਵਿੱਚ ਸ਼ਿੰਗਾਰ ਅਤੇ ਕਰੁਣਾ ਰਸ ਅਤੇ ਅਤ ਕਥਨੀ ਅਲੰਕਾਰ ਦੀ ਵਰਤੋਂ ਵੱਧ ਜਾਂਦੀ ਹੈ। ਇਹ ਬਗਾਵਤ ਅਤੇ ਵਿਰੋਧ ਦੀ ਸਥਿਤੀ ਹੁੰਦੀ ਹੈ ਅਤੇ ਸਾਰੀ ਕਹਾਣੀ ਨਾਟਕੀ ਰੂਪ ਧਾਰ ਲੈਂਦੀ ਹੈ। ਪ੍ਰੇਮੀ ਪ੍ਰੇਮਿਕਾ ਇੱਕ ਦੂਜੇ ਨੂੰ ਰੱਬ ਦੀ ਹੋਂਦ ਦਾ ਸਬੂਤ ਮੰਨਦੇ ਹਨ ਅਤੇ ਪ੍ਰੇਮੀ ਸਾਰੇ ਬ੍ਰਹਿਮੰਡ ਨੂੰ ਸੁੰਗੇੜ ਕੇ ਆਪਣੀ ਪ੍ਰੇਮਿਕਾ ਉੱਤੇ ਕੇਂਦਰਿਤ ਕਰ ਲੈਂਦਾ ਹੈ ਅਤੇ ਆਪਣੀ ਪ੍ਰੇਮਿਕਾ ਨੂੰ ਫੈਲਾ ਕੇ ਉਸ ਨੂੰ ਬ੍ਰਹਿਮੰਡ ਬਣਾ ਲੈਂਦਾ ਹੈ। ਦੋਹਾਂ ਲਈ ਸੰਸਾਰ ਅਤੇ ਜੀਵਨ ਦੇ ਅਰਥ ਇੱਕ ਦੂਜੇ ਦੇ ਸੰਦਰਭ ਵਿੱਚ ਹੀ ਹੁੰਦੇ ਹਨ। ਇੱਥੇ ਪਹੁੰਚ ਕੇ ਇੱਕ ਦੂਜੇ ਬਿਨਾਂ ਮਰ ਜਾਣ ਦੀਆਂ ਕਸਮਾਂ ਖਾਧੀਆਂ ਜਾਂਦੀਆਂ ਹਨ। ਪ੍ਰੇਮੀ ਕਦੀ ਗੱਲਾਂ ਕਰਦੇ ਨਹੀਂ ਥੱਕਦੇ, ਕਿਉਂਕਿ ਉਹ ਆਪਣੀ ਹੀ ਮਹਿਮਾ ਗਾ ਰਹੇ ਹੁੰਦੇ ਹਨ। ਇਵੇਂ ਇੱਕ ਦੂਜੇ ਦੀ ਹੋਮੈ ਦੀ ਮਾਲਿਸ਼ ਹੋਣ ਲੱਗਦੀ ਹੈ। ਪਿਆਰ ਦੇ ਸੇਕ ਅਤੇ ਨਿੱਘ ਨਾਲ ਦੋਵੇਂ ਧਿਰਾਂ ਪੂਰੇ ਜੋਬਨ ਵਿੱਚ ਆ ਜਾਂਦੀਆਂ ਹਨ। ਹੁਣ ਪ੍ਰੇਮੀ ਦੀਵਾਨੇ ਪਰਵਾਨੇ ਬਣ ਕੇ ਪਾਗਲਪਨ ਦੇ ਖੇਤਰ ਵਿੱਚ ਦਾਖਲ ਹੁੰਦੇ ਹਨ ਅਤੇ ਉਹਨਾਂ ਦੇ ਅਮਲ ਆਲੇ ਦੁਆਲੇ ਨਾਲ ਕੁਮੇਚ ਹੋ ਜਾਂਦੇ ਹਨ, ਕਿਉਂਕਿ ਸਾਰਾ ਸਮਾਜਿਕ ਝਗੜਾ ਪ੍ਰੇਮਿਕਾ ਉੱਤੇ ਕੇਂਦਰਿਤ ਹੁੰਦਾ ਹੈ। ਉਹ ਇੱਥੇ ਪਹੁੰਚ ਕੇ ਜਾਂ ਤਾਂ ਗੋਡੇ ਟੇਕ ਦਿੰਦੀ ਹੈ ਜਾਂ ਚੰਡੀ ਦਾ ਰੂਪ ਧਾਰ ਲੈਂਦੀ ਹੈ। ਇਸ ਸਥਿਤੀ ਵਿੱਚ ਪ੍ਰੇਮੀਆਂ ਲਈ ਕੁਝ ਵੀ ਕਰਨਾ ਅਸੰਭਵ ਨਹੀਂ ਹੁੰਦਾ। ਉਹ ਨਵੀਆਂ ਤੋਂ ਨਵੀਆਂ ਤਰਕੀਬਾਂ ਸੋਚਦੇ ਹਨ ਜਿਹੜੀਆਂ ਮਾਪਿਆਂ ਅਤੇ ਵੱਡੀ ਉਮਰ ਦੇ ਲੋਕਾਂ ਨੂੰ ਹਾਸੋਹੀਣੀਆਂ ਪ੍ਰਤੀਤ ਹੁੰਦੀਆਂ ਹਨ। ਪਰੰਪਰਾਗਤ ਸਮਾਜਾਂ ਵਿੱਚ ਪਿਆਰ ਪ੍ਰਵਾਨ ਨਹੀਂ ਕੀਤਾ ਜਾਂਦਾ, ਵਿਆਹ ਹੀ ਪ੍ਰਵਾਨ ਕੀਤਾ ਜਾਂਦਾ ਹੈ। ਸੋ ਅਜਿਹੇ ਸਮਾਜਾਂ ਵਿੱਚ ਪ੍ਰੇਮੀ ਪਿਆਰ ਪੈਂਦਿਆਂ ਹੀ ਵਿਆਹ ਬਾਰੇ ਵਿਚਾਰਾਂ ਕਰਨ ਲੱਗ ਪੈਂਦੇ ਹਨ। ਇਸ ਰਚਨਾ ਦਾ ਦੂਜਾ ਅਤੇ ਆਖਰੀ ਹਿੱਸਾ ਤੁਹਾਡੇ ਨਾਲ ਪਰਸੋਂ ਸਾਂਝਾ ਕੀਤਾ ਜਾਵੇਗਾ, ਇਸ ਕਰਕੇ ਘੰਟੀ ਦਾ ਬਟਨ ਜ਼ਰੂਰ ਦਬਾ ਲੈਣਾ। ਬਹੁਤ ਸ਼ੁਕਰੀਆ।